يا من لا يعلم الغيب إلا هو، يا من لا يدبر الأمر إلا هو، يا من لا يصرف السوء إلا هو، يا من لا يعجز الموت إلا هو، هو الأول والآخر والظاهر والباطن وهو بكل شيء عليم. ربنا اغفر لي ولوالدي وللمؤمنين يوم يقوم الحساب. الہی اس مجلس سزا کو منظور مقبول فرما، آزاداراں دا ایک قدم عبادت شمار فرما، بانیان دا یہ تمام اپنے دربار وچ منظور مقبول فرما. الہی تو انک علی کل شیء قدیر ہے، سارے دل دے تمام شرینے حاجات پوریا فرما، سارے حقیقی وارث امام زمانہ خروج زمان دا جلد ظہور فرما، اصحاب امام زمانہ علیہ السلام دے انصار شامل فرما، ان تمام دی قبولیت واسطے بواز بلند صلوات پڑھو. اللہم صلی علی محمد. اعوذ باللہ من الشیطان الرجیم، بسم اللہ الرحمن الرحیم. عليه توكلت وإليه أنيب، نعم المولى ونعم النصير، وأوف بأمري إلى الله إن الله بصير بالعباد. صلوات الصلاة والسلام على فخر المبشرين والمنذرين، هادينا وهادي ثقلين جد الحسن والحسين بالقاسم محمد. صلوات الصلاة والسلام على حسن المعصوم المسموم، ولا حسين المظلوم المقتول المذبوح من الكفا في أرض كربلاء في يوم عاشوراء تسي بھنا دا تصابرا، الذي قال عند وقت وداعه من الخيام يا زينب ويا أم كلثوم وسكينة وفزة عليكن مني سلام. او جگ مک گئی ہے تے شامی آئے، تے گھن ہتھ وچ تو فیباد بڑ نقشہ چما، نخلیل دا گئے کل خیم آل عباد، او بھئی لگ دے کہ ہیو خیاماں کو تے گر لاٹیاں دے والا دے مو والا نا للکا زینب ودی گولے بال بھرا. اما بعدو، فقط قال رسول اللہ صلی اللہ علیہ وآلہ وسلم، یا علی انتا وشیتکا هم الفائزون یوم القیامہ. صلوات. ٹائم انتہائی مختصر ہے، نبی اندر سلطان نبی، او نبی جراوی خدا تو بغیر اپنی زبان و حرکت بھی نہیں دیندا، جب تک اللہ دا حکم نہ ہوئے میرے نبی دی زبان حرکت بھی نہیں کی تھی. او صادق نبی،
ਉਹ ਆਮੀਨ ਨਬੀ, ਉਹ ਨਬੀ ਜਿਹੜਾ ਤਮਾਮ ਨਬੀਆਂ ਦਾ ਸਰਦਾਰ ਹੈ, ਉਹ ਜਿਹੜਾ ਅੱਜ ਪੈਗੰਬਰ ਪੈ ਫਰਮਾਉਂਦੇ ਨੇ, ਆਏ ਜ਼ਮਾਨੇ ਵਾਲੇ ਯਾਦ ਰੱਖੋ, ਯਾ ਅਲੀ ਅੰਤਾ, ਆਏ ਅਲੀ ਤੂੰ, ਔਰ ਤੇਰੇ ਸ਼ੀਆ ਰੋਜ਼ੇ ਕਿਆਮਤ ਕਾਮਯਾਬ ਹੋਵੇਗੇ। ਟਾਈਮ ਮੁਖਤਸਰ ਹੈ, ਹਰ ਬੰਦੇ ਕਾਮਯਾਬ ਨਹੀਂ ਹੋਣਾ, ਹਰ ਅਲੀ ਦੇ ਮੰਨਣ ਵਾਲੇ ਕਾਮਯਾਬ ਨਹੀਂ ਹੋਣਾ। ਤਲਬਿਲ ਹੋਣ ਦੀ ਹਸੀਅਤ ਨਾਲ ਉਤਰੇ ਜੁਮਲੇ, ਉਸ ਬੰਦੇ ਨੇ ਅਲੀ ਦੀ ਵਿਲਾਇਤ 'ਤੇ ਕਾਮਯਾਬ ਹੋਣਾ ਜਿਸ ਬੰਦੇ ਨੇ ਅਲੀ ਨੂੰ ਮੰਨਣਾ ਹੈ ਔਰ ਅਲੀ ਦੀ ਮਾਰਫਤ ਆਪਣੇ ਅੰਦਰ ਪੈਦਾ ਕਰ ਚੁੱਕ। ਜਦ ਤੱਕ ਅਲੀ ਦੀ ਮਾਰਫਤ ਨਹੀਂ, ਤੱਕ ਅਲੀ ਦੀ ਮੁਹੱਬਤ ਕੋਈ ਫਾਇਦਾ ਵੀ ਨਹੀਂ ਦੇਵਣਾ। ਜਿਤਨੇ ਮਜਾਲਿਸ ਕਰਾ, ਜਿਤਨੇ ਲੰਗਰ ਕਰਾ, ਜਿਤਨੇ ਮੌਜੇ ਪੜ੍ਹਾ, ਮਾਰਫਤ ਅਲੀ ਜਬ ਤੱਕ ਤੇਰੇ ਅੰਦਰ ਨਾ ਸੀ, ਨਾ ਤੈਨੂੰ ਅੱਲਾਹ ਦੀ ਵਹਦਾਨੀਅਤ ਫਾਇਦਾ ਦੇਸੀ, ਨਾ ਮੁਹੰਮਦ ਦੀ ਰਿਸਾਲਤ ਫਾਇਦਾ ਦੇਸੀ, ਨਾ ਅਲੀ ਦੀ ਵਿਲਾਇਤ ਫਾਇਦਾ ਦੇਸੀ। ਅਲੀ ਦੀ ਵਿਲਾਇਤ ਅਗਰ ਚਾਹਨਾ ਹੈ ਕਿ ਮੈਂ ਕੋਈ ਅਲੀ ਦੀ ਵਿਲਾਇਤ ਕਾਮਯਾਬ ਕਰੇ, ਵੱਧ ਆਪਣੇ ਅੰਦਰ ਮਾਰਫਤ ਪੈਦਾ ਕਰ, ਮਾਰਫਤ ਇੰਜ ਪੈਦਾ ਕਰ ਜਿਵੇਂ ਅਲੀ ਯਾਦ ਹੈ ਉਵੇਂ ਕਰ, ਕਿਉਂਕਿ ਨਬੀਆਂ ਦਾ ਸੁਲਤਾਨ ਨਬੀ ਪਿਆ ਫਰਮਾਉਂਦਾ ਹੈ, ਯਾ ਅਲੀ ਅੰਤ ਕਸੀਮੁਨ ਨਾਰ ਵਾ ਜੰਨਾ, ਯਾ ਅਲੀ ਤੂੰ ਜੰਨਤ ਵੀ ਤਕਸੀਮ ਕਰੇ ਸੇ, ਤੂੰ ਦੋਜ਼ਖ ਵੀ ਤਕਸੀਮ ਕਰੇ ਸੇ। ਲੇਕਿਨ ਅਲੀ ਹਰ ਕਹਿ ਕੋ ਜੰਨਤ ਨਹੀਂ ਦੇਵਣੀ। ਟਾਈਮ ਬਿਲਕੁਲ ਮੁਖਤਸਰ ਆਪਣੇ ਟਾਈਮ ਦੇ ਵਿੱਚ ਖਤਮ ਕਰੇ ਸਾਂ। ਅਏ ਮੇਰਾ ਮੋਹਤਰਮ, ਮਾਰਫਤ ਅਲੀ ਦੀ ਪੁੱਛਣਾ ਚਾਹੁੰਦਾ ਹੈ, ਮਾਰਫਤ ਅਲੀ ਦੀ ਦੇਖਣਾ ਚਾਹੁੰਦਾ ਹੈ, ਤਾਂ ਵੱਧ ਮੀਂਹ ਸਮੇਂ ਤਮਾਰ ਪੜ੍ਹਨਾ ਪੋਸੀਆ। ਅਗਰ ਮਾਰਫਤ ਅਲੀ ਦੇਖਣਾ ਚਾਹੁੰਦਾ ਹੈ, ਮਾਲਿਕ ਅਸ਼ਤਰ ਪੜ੍ਹਨਾ ਪੋਸੀਆ। ਅਗਰ ਮਾਰਫਤ ਅਲੀ ਦੇਖਣਾ ਚਾਹੁੰਦਾ ਹੈ, ਸੁਲੇਮਾਨ ਪੜ੍ਹਨਾ ਪੋਸੀਆ, ਕੰਬਰ ਪੜ੍ਹਨਾ ਪੋਸੀਆ, ਅਬੂ ਜ਼ਰ ਗਫਾਰੀ ਪੜ੍ਹਨਾ ਪੋਸੀਆ। ਜਦਾਂ ਇਹਨਾਂ ਅਲੀ ਦੇ ਸੱਚੇ ਮੁਹਿੱਬਾਂ ਨੂੰ, ਜਦਾਂ ਇਹਨਾਂ ਅਲੀ ਦੇ ਹਕੀਕੀ ਸਹਾਬਾਂ ਨੂੰ ਤੈਂ ਪੜ੍ਹ ਕੀਤਾ, ਵੱਧ ਇਹਨਾਂ ਦੀ ਜ਼ਿੰਦਗੀ 'ਤੇ, ਇਹਨਾਂ ਦੀ ਸੀਰਤ 'ਤੇ ਅਮਲ 'ਚ ਕੀਤੀ, ਤੈਂ ਮਾਰਫਤ ਪੈਦਾ ਕਰ ਦਿੰਦੀ ਹੈ। ਕਿਤਨੀ ਬੜੀ ਮਾਰਫਤ ਹੈ ਸੁਲੇਮਾਨ ਫਾਰਸੀ ਦੀ, ਔਰ ਕਿਤਨੀ ਵੱਡੀ ਮਾਰਫਤ ਹੈ ਮੀਸਮ ਤਮਾਰ ਦੀ। ਮੀਸਮ ਆ ਬੈਠੇ, ਮੌਲਾ ਅਲੀ ਆ ਬੈਠੇ ਮੀਸਮ ਦੇ ਕੋਲ। ਆਏ ਮੀਸਮ, ਤੂੰ ਮੇਰੇ ਨਾਲ ਮੁਹੱਬਤ ਕਰਨ ਹੈ, ਆਏ ਮੀਸਮ ਤੂੰ ਮੇਰੀ ਇਤਾਤ ਕਰਨ ਹੈ। ਲੇਕਿਨ ਮੀਸਮ ਇੱਕ ਹੋਰ ਟਾਈਮ ਆਉਣਾ ਹੈ, ਇਹ ਸਾਹਮਣੇ ਜਿਹੜਾ ਖਜੂਰ ਦਾ ਦਰਖਤ ਹੈ, ਤਾਂ ਕੋਈ ਇਸ 'ਤੇ ਸੂਲੀ ਚੜਾਇਆ ਹੋਇਆ ਸੀ, ਤੇਰੇ ਹੱਥ ਕੱਟੇ ਹੋਏ ਸਨ, ਤੇਰੀ ਜ਼ਬਾਨ ਕੱਟੀ ਹੋਈ ਸੀ, ਹੁਣ ਮੀਸਮ ਦੀ ਮਾਰਫਤ ਦੇਖਣੀ ਹੈ। ਘਬਰਾਇਆ ਨਹੀਂ, ਪਰੇਸ਼ਾਨ ਨਹੀਂ ਹੋਇਆ, ਵਤ ਮੌਲਾ ਕਿਨਾਤ ਪੈ ਫਰਮਾਉਂਦੇ ਨੇ, ਆਏ ਮੀਸਮ ਮੇਰੀ ਮੁਹੱਬਤ 'ਚ ਤੇਰੇ ਹੱਥ ਵੀ ਕੱਟੇ ਹੋਏ ਸਨ, ਤੇਰੀ ਜ਼ਬਾਨ ਵੀ ਕੱਟੀ ਹੋਈ ਸੀ, ਤੇ ਕੋਈ ਸੂਲੀ ਵੀ ਚੜਾਇਆ ਹੋਇਆ ਸੀ, ਤੂੰ ਮਹਿਸੂਸ ਕਿਆ ਕਰੇ ਸੇ? ਉਸ ਵੇਲੇ ਮੁਸਕਰਾ ਕੇ ਪੈ ਫਰਮਾਉਂਦੇ ਨੇ, ਮੌਲਾ ਇਸ ਤੋਂ ਬੜੀ ਨਿਮਤ ਕਿਆ ਹੈ, ਅਗਰ ਤੁਹਾਡੀ ਮੁਹੱਬਤ 'ਚ ਮੇਰੀ ਜ਼ਬਾਨ ਵੀ ਕੱਟੀ ਵੰਜੇ, ਤੁਹਾਡੀ ਮੁਹੱਬਤ 'ਚ ਮੇਰੇ ਹੱਥ ਵੀ ਕੱਟੇ ਵੰਜਣ, ਮੈਂ ਕਸੂਲ ਵੀ ਚੜਾਇਆ ਵੰਜੇ, ਮੌਲਾ ਵਤ ਮੈਂ ਮਹਿਸੂਸ ਇਵੇਂ ਕਰੇ ਸਾਂ ਜਿਵੇਂ ਗੋਇਆ ਮੈਂ ਜੰਨਤ ਦੀ ਸੈਰ ਵਦਾ ਕਰੇਗਾ। ਇਹ ਹੈ ਮਾਰਫਤ ਅਲੀ, ਇਹ ਹੈ ਹਕੀਕੀ ਅਲੀ ਦਾ ਸ਼ੀਆ। ਅਲੀ ਬਹੁਤ ਬੜਾ ਇਮਾਮ, ਅੱਲਾਹ ਨੇ ਕਿਸੇ ਮਕਤਬ ਕੋ ਐਸਾ ਇਮਾਮ ਅਤਾ ਨਹੀਂ ਕੀਤਾ ਜੇ ਰੱਬੋ ਨੇ ਸ਼ੀਆ ਨੂੰ ਅਤਾ ਕੀਤਾ। ਸਭ ਤੋਂ ਪਹਿਲਾ ਅਹਿਸਾਨ ਕਿ ਅੱਲਾਹ ਨੇ ਇਨਸਾਨ ਬਣਾਇਆ, ਚਾਹੁੰਦਾ ਕੋਈ ਭੈੜੀਆ ਬਣਾ ਸਕਦਾ ਹੈ, ਦਰਿੰਦਾ ਬਣਾ ਸਕਦਾ, ਉਸਦਾ ਅਹਿਸਾਨ ਕਿ ਇਨਸਾਨ ਬਣਾਇਆ, ਅਸ਼ਰਫੁਲ ਮਖਲੂਕਾਤ ਬਣਾਇਆ, ਵਤ ਉਸ ਖਾਲਿਕ ਦਾ ਅਹਿਸਾਨ ਮੁਸਲਮਾਨਾਂ ਦੇ ਘਰ ਪੈਦਾ ਕੀਤਾ, ਮੁਸਲਮਾਨਾਂ ਦੇ ਸ਼ਹਿਰ 'ਚ ਪੈਦਾ ਕੀਤਾ, ਵਤ ਖਾਲਿਕ ਦਾ ਬਹੁਤ ਬੜਾ ਅਹਿਸਾਨ ਹੈ ਕੌਮੇ ਸ਼ੀਆ 'ਤੇ। ਅੱਲਾਹ ਨੇ ਇਨਸਾਨ ਵੀ ਬਣਾਇਆ, ਮੁਸਲਮਾਨ ਵੀ ਬਣਾਇਆ, ਔਰ ਸਾਡੇ ਦਿਲ 'ਚ ਮੁਹੱਬਤ ਅਲੀ, ਮੁਹੱਬਤ ਅਲੀ, ਔਲਾਦ ਅਲੀ ਪਾ ਛੋੜੀ। ਬਸ ਖੁਦਾ ਦੀ ਵਹਦਾਨੀਅਤ ਬਚਾਉਣ ਦੀ ਖਾਤਰ, ਨਬੀ ਦੀ ਰਿਸਾਲਤ ਬਚਾਉਣ ਦੀ ਖਾਤਰ, ਅਲੀ ਦੀ ਵਿਲਾਇਤ ਬਚਾਉਣ ਦੀ ਖਾਤਰ, ਦੋ ਮਸਤੂਰਾਇਨ ਦਰਬਾਰ ਬਿਲਕੁਲ ਮੁਖਤਸਰ। ਤਵੱਜੋ ਨਿਆਜ਼ੇ ਮੌਲਾ, ਇੱਕ ਮਾਂ ਇੱਕ ਧੀਏ, ਮਾਂ ਦਾ ਨਾਂ ਜ਼ਹਰਾ ਹੈ, ਧੀ ਦਾ ਨਾਂ ਜ਼ੈਨਬ, ਮਾਂ ਵੀ ਦਰਬਾਰ ਹੈ, ਧੀ ਵੀ ਦਰਬਾਰ ਹੈ। ਅਜ਼ਾਦਾਰ ਜਿਹੜਾ ਮਾਂ ਦਰਬਾਰ ਹੈ, ਮਾਂ ਕੱਲੀ ਨਹੀਂ, ਮਾਂ ਦੇ ਨਾਲ ਅਲੀ, ਇਮਾਮ ਹਸਨ, ਇਮਾਮ ਹੁਸੈਨ, ਜਨਾਬ ਫਿਜ਼ਾ, ਸੁਲੇਮਾਨ ਫਾਰਸੀ ਮੌਜੂਦ ਹਨ। ਅੱਲਾ ਗਵਾਹ ਜਿਹੜਾ ਧੀ ਹੈ, ਧੀ ਵੀ ਕੱਲੀ ਨਹੀਂ ਹੈ, ਮਾਈ ਹੈ ਦਰਬਾਰ, ਧੀ ਵੀ ਆਈ ਹੈ ਦਰਬਾਰ। ਜਿਹੜਾ ਮਾਂ ਦਰਬਾਰ ਹੈ, ਮਾਂ
کرو سوال جڑا ماں دربار یہ اللہ گواہ میں اکساں زہرا جڑا تو دربار میں تیرے نال حسن حسین مولا علی موجود میں اکساں میری سین جڑا تو دربار تیرے سر تے چادر موجود جیرے دربار تو گئی ویں تیرے بابے دے صحابہ بیٹھیاں چاندک دیر کھڑی رہی ہے سر دے وال سفید ہو گئے کمر جھک گئی رو رو کے آدھی اجل وفاتی سریا میرا اللہ میں تھک پیا ازادار و آخری جملہ تے ختم پیا کرنا او جڑا ماں دربار یہ ماں وی کلی نہیں اللہ گواہ ہے کینوں اکبر دا قاتلا کینوں قاسم دا قاتلا کینوں آن محمد دا قاتلا دبل والے دبل وتے مرے نن جھمری والے جھمری وتے مرے نن نچ دئی وتے نچ نچ کے آ دے وتن دیکھو باغ دیاں بھیڑا آ گئے آ دے وتن جے کٹو رڑ دا دا نہیں آندا اے زینب آزادار وجے دے سر تے چادر کوئی نہیں اے نبی دی نواسی آدھے وطن جاندے سر تے چادر کوئی نہیں علی دی اجرکم